प्यारे विद्यार्थियों आज दी क्लास विच ਤੁਹਾਡਾ ਸਵਾਗਤ ਹੈ ਅੱਜ ਅਸੀਂ ਨੈਸ ਤੇ ਜਿਹੜੇ 2 ਅਗਸਤ 2021 ਨੂੰ ਟੈਸਟ 1 ਹੋਇਆ ਉਹਦੇ ਸੋਲੂਸ਼ਨ ਦੇਖਣ ਜਾ ਰਹੇ ਆ ਆਓ ਦੇਖਦੇ ਆ ਫਰਸਟ ਕੁਐਸਚਨ 7/80 ਦਾ ਦਸ਼ਮਲ ਨਿਰੂਪਣ ਕਿੰਨੇ ਅੰਕ ਤੇ ਸਮਾਪਤ ਹੋਏਗਾ ਇਹ ਕੁਐਸਚਨ ਅਸੀਂ ਕਿੱਦਾਂ ਕਰਨਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਟਰਮੀਨੇਟ ਦੇਖਣਾ ਸੀ ਕਿ ਕਿੰਨੇ ਨੰਬਰ ਤੇ ਹੋ ਰਿਹਾ ਅਸੀਂ 7 ਨੂੰ ਅੰਦਰ ਰੱਖਣਾ ਸੀ ਕਿ ਇਸ 80 ਨਾਲ ਡਿਵਾਈਡ ਕਰਨਾ ਸੀ ਸਾਨੂੰ ਪਤਾ ਕਿ ਸਾਨੂੰ ਡੈਸੀਮਲ ਲਗਾਉਣਾ ਪੈਣਾ ਅਸੀਂ ਡੈਸੀਮਲ ਲਗਾਇਆ जीरो लगाती पर गल नहीं बनी फिर जीरो लगाते असी जीरो लगाने पहला एट पटते जाना पूरा ठीक है यह आ जा सौ चाली फिर उस तो बाद इतने बचना सौ सिक्सटी जीरो लगाने से फिर आ सी सैवन फाइव हंड्रड एंड सिक्सटी और फिर फोर्टी बचना सी फिर जीरो लगा देनी सूरा पूरा फाइव तो टर्मीनेट हो जाना सतम हो जाना सो तो साडा चार डेसीमल प्लेसिस तो बाद खत्म होया सो तो आंसर की आना स फोर ਸੋ ਇਹਦਾ ਆਨਸਰ ਆਣਾ ਸੀ 4 ਨੈਕਸਟ ਕੁਐਸਚਨ ਇਸ ਦ ਮੀਨ ਆਫ ਦ 100 ਨੰਬਰਸ ਵਾਸ ਫਾਊਂਡ ਟੂ ਬੀ 50 100 ਨੰਬਰਾਂ ਦਾ ਜਿਹੜਾ 100 ਸੰਖਿਆਵਾਂ ਦਾ ਮੱਧਮਾਨ 50 ਹੈ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇੱਕ ਸੰਖਿਆ 150 ਨੂੰ ਗਲਤੀ ਨਾਲ 50 ਲਿਖਿਆ ਗਿਆ ਸੀ ਸਹੀ ਮੱਧਮਾਨ ਕੀ ਹੈ ਬੜਾ ਇਜ਼ੀ ਕੁਐਸਚਨ ਸੀ ਇਹਦੇ ਵਿੱਚ ਅਸੀਂ ਕੀ ਕਰਨਾ ਸੀ ਦੇਖੋ ਸਾਨੂੰ ਪਤਾ ਹੈਗਾ ਕਿ 100 ਸੰਖਿਆਵਾਂ ਦਾ ਮੱਧਮਾਨ ਮੱਧਮਾਨ ਹੁੰਦਾ ਸਾਡੇ ਕੋਲ ਕੀ ਹੈਗਾ ਜੋੜ ਜਮਾ ਜਿੰਨੇ ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਇਸੇ ਹਿਸਾਬ ਨਾਲ ਸੀ ਕੀਤਾ ਕਿ ਜੇ 100 ਸੰਖਿਆਵਾਂ ਦਾ ਮੱਧਮਾਨ 50 ਹੈ ਇਹਦਾ ਮਤਲਬ ਟੋਟਲ ਸਮ ਮੇਰੇ ਕੋਲ ਹੈਗਾ ਸੀ 5000 5000 ਟੋਟਲ ਸਮ ਹੈਗਾ ਸੀ ਹੁਣ ਗਲਤੀ ਨਾਲ 150 ਨੂੰ ਗਲਤੀ ਨਾਲ 50 ਲਿਖਿਆ ਗਿਆ ਠੀਕ ਹੈ ਇਹਦਾ ਮਤਲਬ 50 ਘਟਾ ਦਿਓ 50 ਘਟਾ ਦੋ ਤੇ 150 ਜੋੜ ਦਿਓ ਜਦੋਂ ਸੀ 50 ਘਟਾਏ ਤੇ 150 ਜੋੜੇ ਤੇ ਸਾਡੇ ਕੋਲ ਕੀ ਬਣਦਾ 5100 ਆਨਸਰ ਆਂਦਾ ਹੈ ਸਮ ਆਂਦਾ ਹੈ ਤੇ ਹੁਣ ਮੰਨ ਮੰਨ ਪਤਾ ਕਰ ਲੋ ਸੰਖਿਆਵਾਂ ਦੇ ਉਹੀ ਰਹਿਣਗੀਆਂ 100 ਡਿਵਾਈਡ ਕਰ ਲੋ ਇਹਨੂੰ ਇਹ ਕੈਨਸਲ ਹੋ ਜਾਣਗੀਆਂ ਠੀਕ ਹੈ ਉੱਪਰਲਾ نیچے ਨਾ ਕੈਨਸਲ ਹੋ ਜਾਏਗਾ ਸੋ ਆਨਸਰ ਕੀ ਆ ਜਾਏਗਾ ਮੇਰੇ ਕੋਲ 51 ਇਜ਼ ਦਾ ਆਨਸਰ 3rd ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ਵਿਚ ਇਜ਼ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਦੇਖੋ ਕਥਨ ਕਿਹੜਾ ਗਲਤ ਹੈਗਾ ਕਿ ਫਸਟ ਪੜਦੇ ਹਾਂ ਹਰੇਕ ਪਰਿਮੇਯ ਸੰਖਿਆ ਇੱਕ ਸੰਪੂਰਣ ਸੰਖਿਆ ਹੁੰਦੀ ਹੈ ਕਿ ਐਵਰੀ ਰੈਸ਼ੀਨਲ ਨੰਬਰ ਇਜ਼ ਅ ਇੰਟੀਜਰ ਮੈਨੂੰ ਲੱਗਦਾ ਫਸਟ ਹੀ ਸਾਡਾ ਰੋਂਗ ਆ ਕਿਉਂਕਿ ਹਰੇਕ ਰੈਸ਼ੀਨਲ ਨੰਬਰ ਜਿਹੜਾ ਉਹ ਇੰਟੀਜਰ ਨਹੀਂ ਹੁੰਦਾ ਹੈਗਾ ਇੰਟੀਜਰ ਹੁੰਦੀ ਹੈ ਇੱਕ ਸੰਪੂਰਨ ਸੰਖਿਆ ਸੋ ਹਰ ਰੈਸ਼ੀਨਲ ਨੰਬਰ ਨਹੀਂ ਹੁੰਦਾ ਅਗਲੀਆਂ ਤੇ ਪੁਆਇੰਟ ਤੇ ਜਾਣ ਦੀ ਸਾਨੂੰ ਜ਼ਰੂਰਤ ਹੀ ਨਹੀਂ ਫੋਰਥ ਕੁਐਸਚਨ ਹੈ ਜੇਕਰ ਪ੍ਰੇਖਣ 19 24 27 28 x 2 35 38 42 43 ਵਾਧ ਦੇ ਗ੍ਰਾਮ ਵਿੱਚ ਹੋਣ ਅਤੇ ਇਹਨਾਂ ਦੀ ਮੱਧਿਕਾ 33 ਹੋਵੇ ਤਾਂ x ਦਾ ਮੁੱਲ ਕੀ ਹੋਏਗਾ ਵੈਰੀ ਈਜ਼ੀ ਕੁਐਸਚਨ ਇਹਦੇ ਚ ਕੀ ਸੀ ਆਲਰੇਡੀ ਉਹਨਾਂ ਨੇ ਜਿਹੜਾ ਇਨਕਰੀਜ਼ਿੰਗ ਆਰਡਰ ਦੇ ਵਿੱਚ ਇਹਨੂੰ ਕੀਤਾ ਹੋਇਆ ਸੈਂਡਿੰਗ ਆਰਡਰ 'ਚ ਕੀਤਾ ਹੋਇਆ ਸਾਨੂੰ ਪਤਾ ਹੈ ਕਿ ਟੋਟਲ ਟੋਟਲ ਕਿੰਨੇ ਬਣ ਰਹੇ ਨੇ ਇਹ ਟੋਟਲ ਸਾਡੇ ਕੋਲ 1 2 3 4 5 6 7 8 9 ਬਣ ਰਹੇ ਆ ਸੋ 9 ਦੀ ਜਿਹੜੀ ਵੀ ਮੱਧਿਕਾ ਹੋਏਗੀ ਉਹ 5th ਪੋਜੀਸ਼ਨ ਤੇ ਹੋਏਗੀ ਠੀਕ ਹੈ ਅਸੀਂ ਚਾਰ ਉਧਰੋਂ ਛੱਡ ਦਿੰਨੇ ਆ ਚਾਰ ਉਧਰੋਂ ਛੱਡ ਦਿੰਨੇ ਆ 5th ਪੋਜੀਸ਼ਨ ਦੇ ਉੱਤੇ ਮੇਰੇ ਕੋਲ ਕੀ ਆ ਗਿਆ ਔਰ ਮਧੀ ਕਾ ਵੀ ਦੇਖੋ ਮੈਨੂੰ ਦਿੱਤੀ ਵੀ ਹੋਈ ਹੈ x 2 ਕਿੰਨਾ ਆ ਹੈਗਾ ਮੇਰੇ ਕੋਲ 31 ਹੈ ਤੇ ਵੈਰੀ ਈਜ਼ੀ ਸੀ ਤੇ x ਕਿੰਨਾ ਆ ਗਿਆ ਮੇਰੇ ਕੋਲ 31 ਚੋਂ 2 ਮਾਈਨਸ ਕਰ ਦੋ ਤੇ ਮੇਰੇ ਕੋਲ ਕਿੰਨਾ ਆ ਗਿਆ 29 ਸੋ ਸਾਡੇ ਕੋਲ ਕੀ ਆ ਗਿਆ ਇਹਦਾ ਆਨਸਰ ਕਿੰਨਾ ਆ ਗਿਆ 29 5th ਕੁਐਸਚਨ ਕੀ ਹੈ ਇੱਕ ਗੈਰ ਸਿਫਰ ਪਰਿਮੇ ਸੰਖਿਆ ਅਤੇ ਇੱਕ ਅਪਰਿਮੇ ਸੰਖਿਆ ਦਾ ਗੁਣਨਫਲ ਹੁੰਦਾ ਹੈ ਦ ਪ੍ਰੋਡਕਟ ਆਫ ਅ ਨਾਨ ਜ਼ੀਰੋ ਰੈਸ਼ੀਨਲ ਐਂਡ ਐਨ ਇਰਰੈਸ਼ੀਨਲ ਨੰਬਰ ਕੀ ਹੋਏਗਾ ਦੇਖੋ ਜਦੋਂ ਅਸੀਂ ਕਿ ਰੈਸ਼ੀਨਲ ਨੰਬਰ ਨੂੰ ਇੱਕ ਇਰੈਸ਼ਨਲ ਨੰਬਰ ਦੇ ਨਾਲ ਪ੍ਰੋਡਕਟ ਕਰ ਦਾਂਗੇ ਕੋਈ ਵੀ ਰੈਸ਼ਨਲ ਨੰਬਰ ਲੈ ਲਓ ਮੰਨ ਲਓ 3/2 ਹੀ ਹੈ ਉਹਨੂੰ ਮੈਂ ਅਗਰ ਇਰੈਸ਼ਨਲ ਨੰਬਰ √7 ਦੇ ਨਾਲ ਮਲਟੀਪਲਾਈ ਕਰਾਂਗੇ ਵਾਟ ਵਾਟ ਇਜ਼ ਦ ਰਿਜ਼ਲਟ ਇਟ ਕਮਸ ਆਊਟ ਟੂ ਬੀ ਆਲਵੇਜ਼ ਇਰੈਸ਼ਨਲ ਇਹ ਹਮੇਸ਼ਾ ਸਾਡੇ ਕੋਲ ਕੀ ਆਏਗਾ ਹਮੇਸ਼ਾ ਅਪਰਿमेय ਹੀ ਸਾਡੇ ਕੋਲ ਆਏਗੀ ਚਲੋ ਜੀ ਅੱਗੇ ਹੁਣ ਨੈਕਸਟ ਸਾਡੇ ਕੋਲ ਸੈਕਸ਼ਨ ਆ ਗਿਆ ਸਾਇੰਸ ਦਾ ਸਾਇੰਸ ਦਾ ਸੈਕਸ਼ਨ ਅਸੀਂ ਕਰਦੇ ਆਂ ਜੇਕਰ ਕਿਸੇ ਪ੍ਰਕਾਸ਼ ਕਿਰਨ ਸਮਤਲ ਦਰਪਨ ਉੱਪਰ ਲੰਬਵਤ ਟਕਰੌਂਦੀ ਹੈ ਟਕਰੌਂਦੀ ਹੈ ਤਾਂ ਉਸ ਦਾ ਪਰ ਪਰਾਵਰਤਨ ਕੋਣ ਕੀ ਹੋਏਗਾ ਇਫ ਅ ਰੇ ਸਟ੍ਰਾਈਕਸ ਪਰਪੈਂਡੀਕুলਰਲੀ ਓਨ ਦਾ ਪਲੇਨ ਮਿਰਰ ਐਟ ਵਾਟ ਐਂਗਲ ਇਟ ਵਿਲ ਗੈਟ ਰਿਫਲੈਕਟਡ ਬੈਕ ਦੇਖੋ ਕਿਸੇ ਵੀ ਜਦੋਂ ਸਮਤਲ ਦਰਪਨ ਦੇ ਉੱਤੇ ਸ਼ੀਸ਼ੇ ਦੇ ਉੱਤੇ ਸਾਨੂੰ ਇਮੇਜ ਦਿਖਦੀ ਹੈ ਸੋ ਉਹ ਬਿਲਕੁਲ ਰਿਫਲੈਕਟ ਬੈਕ ਕਿੰਨੇ ਤੇ ਕਰੇਗੀ 0 ਡਿਗਰੀ ਤੇ ਕਰੇਗੀ ਤੁਹਾਨੂੰ ਸਾਨੂੰ ਇਮੇਜ ਆਪਣੀ ਦਿਖਦੀ ਆ ਬਿਲਕੁਲ 0 ਡਿਗਰੀ ਤੇ ਕੋਈ ਐਂਗਲ ਨਹੀਂ ਬਣਾਏਗੀ ਬਿਲਕੁਲ ਹੀ ਕੋਇਨਸੀਡੈਂਟ ਉਹਦੇ ਨਾਲ ਕਰੇਗੀ ਸੈਵਨਥ ਕੁਐਸਚਨ ਹੈ ਮਨੁੱਖ ਗਾਂ ਤੇ ਬਿੱਲੀ ਨਾਲ ਚਿਪਕਲੀ ਮੇਲ ਨਹੀਂ ਖਾਂਦੀ ਇਸ ਦਾ ਕੀ ਕਾਰਨ ਹੈ ਲੀਜ਼ਰਡ ਇਜ਼ ਨਾਟ ਸਿਮਿਲਰ ਟੂ ਹਿਊਮਨ ਬੀਇੰਗਸ ਕਾਊ ਐਂਡ ਗੈਟ ਵਾਟ ਇਜ਼ ਦਾ ਰੀਜ਼ਨ 옵ਸ਼ਨਸ ਦੇਖ ਲੈਣੇ ਆ ਕਿ ਇਟ ਅੰਡਰਗੋ ਇੰਟਰਨਲ ਫਰਟੀਲਾਈਜੇਸ਼ਨ It is oviparous, it is viviparous, and it undergoes external fertilization. It is oviparous. 8th question Light a candle, hold a glass tube with a pair of tongs, and introduce its one end in the dark zone of non flickering candle flame. Bring a lighted matchstick near the other end of the glass tube. You see a flame. ਵਟ ਇਜ਼ ਇਟ ਪ੍ਰੋਸ ਪ੍ਰੋਡਿਊਸਸ ਅ ਫਲੇਮ ਦੇਖੋ ਜੀ ਇੱਕ ਮੋਮਬੱਤੀ ਜਗਾਓ ਇੱਕ ਕੱਚ ਦੀ ਨਲੀ ਨੂੰ ਚਿਮਟੀ ਨਾਲ ਫੜੋ ਤੇ ਉਸ ਦਾ ਉਸ ਦਾ ਸਿਰਾ ਮੋਮਬੱਤੀ ਦੇ ਸਥਿਰ ਲਾਟ ਦੇ ਆਦੀਪਤ ਖੇਤਰ ਵਿੱਚ ਲੈ ਕੇ ਜਾਓ ਕੱਚ ਦੀ ਨਲੀ ਦੇ ਦੂਸਰੇ ਸਿਰੇ ਦੇ ਨੇੜੇ ਇੱਕ ਬਲਦੀ ਹੋਈ ਤਿੱਲੀ ਲੈ ਕੇ ਜਾਓ ਤੁਸੀਂ ਲਾਟ ਦੇਖਦੇ ਹੋ ਅਜੀ ਹਾ ਕੀ ਹੈ ਜੋ ਲਾਟ ਪੈਦਾ ਕਰਦਾ ਹੈ ਇਹ ਕਿਨੇ ਵੈਕਸ ਵੈਪਰਸ ਨੇ ਸਾਡੇ ਮੋਮ ਦੇ ਵਾਸ਼ਪ ਨੇ ਕੁਐਸਚਨ ਨੰਬਰ 9 ਹੈ ਮੋਮਬੱਤੀ ਦੀ ਲਾਟ ਦੇ ਰੰਗ ਦਾ ਪਰਿਹਖਣ ਕਰੋ ਦੋਹਾਂ ਲਾਟਾਂ ਦੇ ਰੰਗ ਵਿੱਚ ਅੰਤਰ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਕੀ ਹੋਏਗਾ ਵਾਟ ਇਜ਼ ਦਿ ਡਿਫਰੈਂਸ ਬੀਟਵੀਨ ਦਾ ਕਲਰ ਆਫ ਦ ਬੋਥ ਫਲੇਮਸ ਕਿਉਂ ਹੋਏਗਾ ਰੀਜ਼ਨ ਕੀ ਹੈ ਦੇ ਟੈਂਪਰੇਚਰ ਦਾ ਫਰਕ ਹੈ ਅਣਜਲਿਆ ਕਾਰਬਨ ਹੋਏਗਾ ਫਿਊਲ ਵੇਪਰਸ ਨਹੀਂ ਜਾਂ ਕੋਈ ਵੀ ਨਹੀਂ ਇਹਦੇ ਵਿੱਚ ਕੀ ਹੈ ਟੈਂਪਰੇਚਰ ਦਾ ਫਰਕ ਹੈ ਦੋਵੇਂ ਫਲੇਮਸ ਦੇ ਵਿੱਚ ਕੁਐਸਚਨ ਨੰਬਰ 10 ਰਾਣੀ ਨੂੰ ਮਸ਼ਰੂਮ ਖਾਣੇ ਬਹੁਤ ਪਸੰਦ ਹਨ ਮਸ਼ਰੂਮ ਕਿਸ ਤਰ੍ਹਾਂ ਦੇ ਜੀਵ ਹਨ ਇਹ ਬੈਕਟੀਰੀਆ ਹੈ ਇਫ ਇਹ ਫੰਗਾਈ ਪ੍ਰੋਟੋਜ਼ੋਆ ਹੈ ਔਰ ਇਹ ਐਲਗੀਏ ਇੱਕ ਹੀ ਹੈ ਸਾਡੇ ਕੋਲ ਫੰਗਾਈ ਚਲੋ ਨੈਕਸਟ ਅਸੀਂ ਐਸਐਸਟੀ ਦਾ ਪਾਰਟ ਕਰਦੇ ਹਾਂ ਦੱਖਣ ਪੱਛਮੀ ਮੌਨਸੂਨ ਪੋਣਾ ਜਦੋਂ ਪਹਿਲੀ ਜੂਨ ਨੂੰ ਪੱਛਮੀ ਤੱਟ ਤੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਹਨ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਾਲ ਵਿਸਾਖੀ ਕਿਹਾ ਜਾਂਦਾ ਹੈ ਅੰਬਾਦੀਵਾਦ ਕਿਹਾ ਜਾਂਦਾ ਹੈ ਮੌਨਸੂਨ ਦਾ ਫਟਣਾ ਜਾਂ ਲੂ ਲੱਗਣਾ ਸੋ ਇਹਦੀ ਜਿਹੜੀ ਰਾਈਟ ਆਪਸ਼ਨ ਹੈ दैट इज ਮੌਨਸੂਨ ਦਾ ਫਟਣਾ ਸਿਲਵਰ ਫਰ ਪਾਈਨ ਸਪਰੂਸ ਦਿਉਦਾਰ ਅਤੇ ਨੀਲਾ ਪਾਈਨ ਕਿਸ ਤਰ੍ਹਾਂ ਦੀ ਬਨਸਪਤੀ ਵਿੱਚ ਪਾਏ ਜਾਂਦੇ ਹਨ ਇਹ ਪर्वतीय ਬਨਸਪਤੀ 'ਚ ਪਾਏ ਜਾਂਦੇ ਹਨ ਖੁਸ਼ਕ ਬਨਸਪਤੀ 'ਚ ਜਵਾਰੀ ਜਾਂ ਮੈਂਗਰੋਵ ਬਨਸਪਤੀ ਵਿੱਚ ਜਾਂ ਊਸ਼ਣ ਸਦਾਬਹਾਰ ਬਨਸਪਤੀ ਵਿੱਚ ਸੋ ਇਹਦਾ ਰਾਈਟ ਆਨਸਰ ਹੈ ਇਹ ਪर्वतीय ਬਨਸਪਤੀ ਵਿੱਚ ਪਾਏ ਜਾਂਦੇ ਹਨ 13 ਕੁਐਸਚਨ ਸਟਾਕ ਐਕਸਚੇਂਜ ਉਹ ਸੰਸਥਾਵਾਂ ਹਨ ਜਿੱਥੇ ਕੰਪਨੀਆਂ ਦੇ ਸ਼ੇਅਰ ਖਰੀਦੇ ਤੇ ਵੇਚੇ ਜਾਂਦੇ ਹਨ ਇਸ ਨੂੰ ਹੋਰ ਕੀ ਨਾਮ ਦਿੱਤਾ ਗਿਆ ਹੈ ਇਹਨੂੰ ਆਪਾਂ ਹੋਰ ਕੀ ਕਹਿੰਦੇ ਆ ਆਪਾਂ ਇਹਨੂੰ ਸ਼ੇਅਰ ਮਾਰਕੀਟ ਕਹਿੰਦੇ ਆ ਸੋ ਸ਼ੇਅਰ ਮਾਰਕੀਟ ਇਜ਼ ਦਾ ਆਨਸਰ ਪਰਦੇ ਨਕਸ਼ੇ ਵਿੱਚ ਛਾਇਆ ਦਾ ਰਾਜ ਨੂੰ ਪਛਾਣ ਕੇ ਦੱਸੋ ਕਿ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ਅਗਰ ਆਪਾਂ ਨਕਸ਼ੇ ਤੋਂ ਬਿਨਾ ਵੀ ਕਹਿ ਸਕਦੇ ਹਾਂ ਤਾਂ ਸਾਨੂੰ ਪਤਾ ਕਿ ਮੇਘਾਲਿਆ ਵਿੱਚ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ ਸਥਾਨਕ ਜਲਵਾਯੂ ਅਤੇ ਮਿੱਟੀ ਦੇ ਅਨੁਸਾਰ ਪੈਦਾ ਹੋਣ ਵਾਲੀ ਕੁਦਰਤੀ ਬਨਸਪਤੀ ਦੇਸ਼ ਦੇ ਕਿਹੜੇ ਭਾਗ ਵਿੱਚ ਮਿਲਦੀ ਹੈ ਗੰਗਾ ਦੇ ਡੈਲਟਾਈ ਭਾਗ ਵਿੱਚ ਪ੍ਰਾਇਦੀਪੀ ਪਠਾਰ ਵਿੱਚ ਥਾਰ ਮਾਰੂਥਲ ਵਿੱਚ ਜਾਂ ਪੱਛਮੀ ਘਾਟ ਵਿੱਚ ਦੇਖੋ ਇਹ ਥਾਰ ਮਾਰੂਥਲ ਵਿੱਚ ਸਾਨੂੰ ਮਿਲਦੀ ਹੈ 15 ਕੁਐਸਚਨਸ ਅਸੀਂ ਕਰ ਚੁੱਕੇ ਹਾਂ ਨੈਕਸਟ ਸਾਡਾ ਇੰਗਲਿਸ਼ ਦਾ ਇੱਕ ਪੈਸੇਜ ਦਿੱਤਾ ਹੋਇਆ ਸੀ ਰੀਡ ਦ ਫੋਲੋਇੰਗ ਪੈਸੇਜ ਐਂਡ ਅਨਸਰ ਦ ਕੁਐਸਚਨਸ ਦੈਟ ਬਿਲੋ our ancestors prefer to live in joint families but nowadays culture is changing and due to their work job sources people are preferring nuclear families each type of family has its boon or bane so it has its boon or bane in joint family nurturing of children is easy because normally grandparents nurture and carry children with themselves in nuclear families nurturing bringing up of children is a big issue ਇਦਾਂ ਤੁਸੀਂ ਇਹ ਪੈਰਾ ਪੜਿਆ ਹੋਣਾ ਔਰ ਇਹਦੇ 'ਚ ਜਿਹੜੇ ਕੁਐਸ਼ਚਨਸ ਕੀਤੇ ਆ ਵਿਚ ਟਾਈਪ ਆਫ ਫੈਮਿਲੀ ਇਜ਼ ਡਿਸਕਸਡ ਇਨ ਦਾ ਪੈਰਾਗ੍ਰਾਫ ਪੈਰਾਗ੍ਰਾਫ ਵਿੱਚ ਕਿਸ ਤਰ੍ਹਾਂ ਦੀ ਫੈਮਿਲੀ ਜਿਹੜੀ ਉਹਨੂੰ ਡਿਸਕਸ ਕੀਤਾ ਗਿਆ ਹੈਗਾ ਦੋਨਾਂ ਫੈਮਿਲੀਜ਼ ਨੂੰ ਡਿਸਕਸ ਕੀਤਾ ਗਿਆ ਬੋਥ ਨਿਊਕਲੀਅਰ ਐਂਡ ਬੋਥ ਜੁਆਇੰਟ ਐਂਡ ਨਿਊਕਲੀਅਰ ਫੈਮਿਲੀ ਵਾਟ ਡੂ ਯੂ ਅੰਡਰਸਟੈਂਡ ਬਾਈ ਦਾ ਈਡੀਅਮ ਅ ਬੂਨ অর ਅ ਬੇਨ ਬੂਨ ਤੇ ਬੇਨ ਤੋਂ ਤੁਹਾਡਾ ਕੀ ਭਾਵ ਹੈ ਬੂਨ ਤੋਂ ਬੇਨ ਤੋਂ ਭਾਵ ਹੈ ਸਮਥਿੰਗ ਥੈਟ ਇਜ਼ ਆਈਦਰ ਗੁੱਡ অর ਬੈਡ in contemporary time which type of family is preferred by people so contemporary time vich kedi family nu log hi prefer kar rahe ha according to the paragraph nuclear family nu uh, prefer kar rahe ha in what kind of activities do the children of nuclear family indulge themselves kis tarah de activities overnight parties vich dekho extravagence sprawling pocket money overnight parties overnight parties de mm. vich ohnu kar rahe ha सॉरी नाइनटीन द आंसर ओवरनाइट पार्टीज नहीं है सारा सारा ही है एक्स्ट्रा स्पर्लिंग पॉकेट मनी ऑल ऑफ दीज ही व्हाट वट इज द मीनिंग ऑफ द वर्ड नर्चर नर्चर तो की पाव है अप ब्रिंगिंग करना क्वालिटीज एनवायरनमेंट या ग्रैंड पेरेंट्स इट्स अप ब्रिंगिंग नैक्सट क्वेश्चन आगे गए को पंजाबी दे इन्हों अगेत्र तो बिना कि शब्द है इन्हों अगेत्र तो बिना कि शब्द है देखो कू राहा કુશલ કુમત કુ ਲગਦਾ સો એક કુશલી હે ਜਿਹੜਾ ਸਾਨੂੰ ਲੱਗ ਰਿਹਾ ਅਗੇ ਤੋਂ ਤੋ ਕਿਨਾ ਸ਼ਬਦ ਚਿੱਠੀ ਵਿੱਚ ਸੰਬੰਧ ਪ੍ਰਗਟਾਓ ਸ਼ਬਦ ਕਿਹੜਾ ਹੈ ਸਤਿਕਾਰਯੋਗ માતાજી ਪਰਮ ਪਿਤਾ ਜੀ ਤੇਰਾ ਵੱਡਾ ਵੀਰ ਜਾਂ શ્રીમાન ਜੀ ਸੋ ਆਨਸਰ ਕੀ ਹੋਏਗਾ ਇਹਦਾ ਤੇਰਾ ਵੱਡਾ ਵੀਰ ਸੰਬੰਧ ਪ੍ਰਗਟਾਓ ਸ਼ਬਦ ਹੈ ਤਸਵੀ ਸ਼ਬਦ ਕਿਹੜੀ ਭਾਸ਼ਾ ਦਾ ਹੈ ਇਹ ਪੰਜਾਬੀ ਦਾ ਅਰਬੀ ਦਾ ਹਿੰਦੀ ਆ ਮਲਤਾਨੀ ਦਾ ਇਹ ਅਰਬੀ ਦਾ ਸ਼ਬਦ ਹੈ ਆਦਮ ਤੇ ਹਵਾ ਕੌਣ ਸਨ ਸੰਸਾਰ ਦੇ ਪਹਿਲੇ ਆਦਮੀ ਤੇ ਤੀਵੀ सही भाव अनुसार उत्तर चुनो देखो ए तुम दिते हुई है, चार लाइन और उन्हें पूछा कि आलिम किस चीज़ दा हो का होका देंदा है सो so, आलिम की है हलाल झगड़े हो का होका दिता है लास्ट सैट ऑफ क्वेश्चन देखते हैं जिमें कि एक पैरा आया सी जड़ा एक गद्यांश आया सी इसको पढ़ के बहु वैपल वैकल्पिक प्रश्नों के उत्तर दीजिए ये जो आंसर है प्रश्न की है कोसानी किस प्रकार का गाँव है सो so, ये की है ए छोटा सा है उजड़ा सा है जहाँ पर बिल्कुल भी बर्फ नहीं है उपरोक्त सारे उपरोक्त सारे आंसर है सोमेश्वर so, घाटी के उत्तर में जो पर्वतमाला है उसके सामने कौन सी घाटी है सो so, उसके सामने कौन सी घाटी है आंसर किया था कतियूर की घाटी ख लेखक उदासीन क्यों हुआ क्यों उदासीन हुआ था लेखक अकॉर्डिंग टू दिस पैराग्राफ की कोसानी में बर्फ ना देख के वो उदासीन हो गया लेखक कतियूर की घाटी की ओर गया तो वहाँ का सौंदर्य देखकर प्रसन्न हुआ उस घाटी की निम्नलिखित में से क्या बात मान्य नहीं है कि जड़ी हैं गें, उसमें क्या बात नहीं आई थी आंसर so, किया है छोटा उजड़ा सा गांव किस धरती को देखकर लेखक को लगा कि वहां पर जो तो जूते उतार कर ही आगे बढ़ना चाहिए किस धरती को कतियूर की धरती को देखकर लगा ਸੋ ਇਹ ਸਨ ਬੱਚੇ ਸਾਡੇ 30 ਕੁਐਸਚਨਸ ਦੇ ਆਨਸਰਸ ਆਈ ਹੋਪ ਤੁਸੀਂ ਨਾਲੋ ਨਾਲ ਹੀ ਚੈੱਕ ਕਰ ਲਿਓਣੇ ਤੁਹਾਡੇ ਆਨਸਰਸ ਕਿੰਨੇ ਰਾਈਟ ਆ ਸੋ ਥੈਂਕ ਯੂ so much for watching